क्लास एट्थ दी प्रैक्टिस शीट मैथ दी नौवीं दा सत्तवां क्वेश्चन करना है। पहले छे क्वेश्चन कर ले सी, हुण आपां सत्तवां क्वेश्चन करना है। ये अपनी प्रैक्टिस शीट क्यूब रूट क्यूब यानी कि घन ते घन मूल नाल रिलेटेड, इन्हां विचों केड़ा एक पूर्ण घन नहीं है। वो कहता है इन्हां विचों केड़ा क्यूब परफेक्ट क्यूब नहीं है। मैं तो दसिया सी कि मान लो अपने को दस एक रकम, हुण दस दा आपां दस नूं जे आपां तीन बार गुणा करिए, क्योंकि क्यूब रूट घन मूल विच किन्नियां रकमां दा जोड़ा बनाने हैं तीन दा, तां जदों आपां दस नूं तीन बार गुणा करांगे तां मगर जीरोआं किन्नियां आउणगियां, तां इसदा मतलब जे कोई जीरो वाली रकम दा आपां परफेक्ट क्यूब चाहीदा है ਤਾਂ ਆਪਾਂ ਨੂੰ ਜੀਰੋਆਂ ਕਿੰਨੀਆਂ ਚਾਹੀਦੀਆਂ ਤਿੰਨ। ਜੇ ਮੰਨ ਲਓ 100 ਰਕਮ ਹੋਵੇ ਤਾਂ 100 ਦੇ ਮਗਰ ਤੇ ਕਿੰਨੀਆਂ ਜੀਰੋ ਟੋਟਲ ਹੋ ਜਾਣਗੀਆਂ 6। ਤੇ ਇਸ ਦਾ ਮਤਲਬ ਤਿੰਨ ਦੇ ਭਾੜੇ ਵਾਲੀਆਂ ਰਕਮਾਂ ਹੋਣੀ ਚਾਹੀਦੀਆਂ, ਜਾਂ 3 ਜਾਂ 6 ਜਾਂ 9 ਜਾਂ 12 ਐਵੇਂ ਲੱਗੀਆਂ ਚਾਹੀਦੀਆਂ। ਹੁਣ ਇਹਦੇ ਵਿੱਚ ਕਿਹੜੀ ਰਕਮ ਤੋਂ ਤਿੰਨ ਦੇ ਭਾੜੇ ਵਾਲੀ ਜੀਰੋ ਨਹੀਂ ਹੈ? 52 ਇੱਧਰ 3 ਜੀਰੋ ਹੈਗੀ ਹੈ, ਇੱਧਰ 1 2 3 4 5 6 6 ਜੀਰੋ ਹੈਗੀ ਹੈ। अगला क्वेश्चन, p दी पावर 3 मल्टीप्लाई p दी पावर माइनस 2 एमए क्यू है किंदे बराबर है 50। ਕਹਿੰਦਾ p ਤੇ q ਦਾ ਮੁੱਲ ਮੈਂ ਤੁਹਾਨੂੰ ਦੱਸਿਆ ਸੀ ਪਿਛਲੇ ਲੈਕਚਰ 'ਚ ਕਿ ਇਹ ਇੱਕ ਰੂਲ ਹੁੰਦਾ ਹੈ ਕਿ ਜਿਵੇਂ 2 ਦੀ ਪਾਵਰ 5 ਮਲਟੀਪਲਾਈ 2 ਦੀ ਪਾਵਰ 3 ਰਕਮ ਸੇਮ ਹੈ, 2-2 ਬੇਸ ਵਿੱਚ ਕਿਹੜਾ ਸਾਈਨ ਹੈ ਮਲਟੀਪਲਾਈ, ਆਪਾਂ 7th 'ਚ ਵੀ ਕੀਤਾ ਤਾਂ ਉੱਪਰ ਦੀਆਂ ਪਾਵਰਸ ਕੀ ਹੋ ਜਾਂਦੀਆਂ ਪਲੱਸ 5 ਤੇ ਪਲੱਸ 3। ਪਲੱਸ ਦਾ ਮਤਲਬ ਹੈ ਕਿ ਸਾਈਨ ਸੇਮ ਰਹਿ ਜਾਂਦਾ ਜਿਹੜਾ ਸਾਈਨ। ਹੁਣ ਇੱਥੇ p ਮਲਟੀਪਲਾਈ ਕੀ ਸੇਮ ਹੈ ਵਿੱਚ ਮਲਟੀਪਲਾਈ ਹੈ ਤਾਂ p ਦੀ ਪਾਵਰ ਸਾਈਨ ਉਵੇਂ ਰਹਿ ਜਾਣਗੇ 3, 2 ਦੇ ਅੱਗੇ ਕਿਹੜਾ ਸਾਈਨ ਹੈ ਮਾਈਨਸ, ਠੀਕ ਹੈ ਜੀ। ਐਵੇਂ ਗੁਣਾ q ਦਾ ਆਊਗਾ 5 ਤੇ ਅੱਗੇ ਕੀ ਆਊਗਾ ਮਾਈਨਸ 3 ਬਰਾਬਰ। ਹੁਣ 50 ਦੇ ਆਪਾਂ ਕੀ ਬਣਾਉਣੇ ਆ ਐਵੇਂ ਆਪਾਂ 8ਵੀਂ ਦੇ ਪਹਿਲੇ ਚੈਪਟਰ ਚ ਕੀਤਾ ਗੁਣਾਤਮਕ ਉਲਟ ਕਿਹਨੂੰ ਕਹਿੰਦੇ ਆ
ਚਾਰ ਲਿਖੂਗੀ ਤਾਂ ਇਹ ਸੱਤ ਬਣੂਗਾ।
माइनस जे माइनस चार लिखूंगी तो इतने जवाब कि बनूगा माइनस तीन चो दस चो तीन घटावे सात आऊगा तो जवाब ए दी पावर दस केड़ा होगा जवाब तीजा तीजा